ਅਸਲਾਮ ਵਾਲੇਕਮ ਜੀ ਜੀ ਦੋਸਤੋ ਇਹ ਹੈ ਜੀ ਐਮ ਐਫ 240 ਜੀ ਇਹਦੇ ਟੈਪਟ ਟਾਪੇ ਦੇ ਉੱਪਰ ਨਾ ਇੱਥੇ ਆਇਲ ਨਹੀਂ ਆ ਰਿਹਾ ਜੀ ਠੀਕ ਹੈ ਜੀ ਇਹਦਾ ਇੰਜਨ ਹੁਣ ਕਰਵਾਇਆ ਠੀਕ ਹੈ ਜੀ ਉਹ ਵੀ ਇਨਸ਼ਾਅੱਲਾ ਵੀਡੀਓ ਦੋਸਤਾਂ ਨਾਲ ਸ਼ੇਅਰ ਕਰਾਂਗੇ ਕਿ ਕਿਹੜੀ ਹੋਇਆ ਤੋਂ ਇੰਜਨ ਦੇ ਦਾ ਕਰਵਾਇਆ ਆਪਾਂ ਜਾਂ ਕੀ ਮਸਲਾ ਮਸਾਇਲ ਸੀ ਉਹ ਵੀ ਸ਼ੇਅਰ ਕਰਾਂਗੇ ਇਨਸ਼ਾਅੱਲਾ ਤੇ ਇਹ ਦੇਖ ਸਕਦੇ ਆ ਜੀ ਉੱਪਰ ਯਾਨੀ ਕਿ ਟੈਪਟ ਜਿਹੜੇ ਹੈ ਨਾ ਉਹਨਾਂ ਨੂੰ ਆਇਲ ਨਹੀਂ ਆ ਰਿਹਾ ਇਹਦੇ ਇਹ ਜੀ ਇਹਦੇ ਆ ਜਿਹੜੀ ਸਪਲਾਈ ਜਿਹੜੀ ਆਇਲ ਵਾਲੀ ਹੈ ਜਿਸ ਤਰ੍ਹਾਂ ਕੇ ਕੇ ਇੱਕ ਵੀਡੀਓ ਹੀ ਦੋਸਤਾਂ ਨੂੰ ਦੱਸਿਆ ਸੀ ਕਿ ਕਿਸ ਜਗ੍ਹਾ ਤੋਂ ਆਇਲ ਲੈ ਰਿਆ ਔਰ ਉੱਪਰ ਕੇਮ ਤੇ ਜਾ ਰਿਹਾ ਵਾ ਕੇਮ ਤੋਂ ਉੱਪਰ ਟੈਂਕ ਟਨ ਜਾ ਰਿਹਾ ਵਾ ਇਹਦੀ ਕੇਮ ਜਿਹੜੀ ਹੈ ਨਾ ਉਹ ਉੱਤੇ ਆਇਲ ਨਹੀਂ ਲੈ ਕੇ ਜਾ ਰਹੀ ਇਹ ਦੋਸਤਾਂ ਚੈੱਕ ਕਰਵਾਉਂਦੇ ਆ ਜੀ ਕਿ ਇਹਦੇ ਆਇਲ ਜਿਹੜਾ ਨਾ ਉੱਪਰ ਨਹੀਂ ਜਾ ਰਿਹਾ ਇਹ ਦੋਸਤੋ ਇਹਨੂੰ ਬੰਦ ਕਰ ਦਿੱਤੇ ਆ ਉਹਦੇ ਸਰਾਖ ਦੋਨੋਂ ਦੇ ਉੱਪਰ ਨਟ ਕੱਸ ਕੇ ਨਾ ਇਹਦੀ ਸਪਲਾਈ ਬਿਲਕੁਲ ਥੱਲੇ ਉਹ ਸਿੱਧੀ ਕਰ ਦਿੱਤੀ ਆ ਕਿ ਜਦੋਂ ਹੁਣ ਦਬਾਦਾ ਫਿਰ ਟਾਈਮਿੰਗ ਪਲੇਟ ਖੁੱਲਣੀ ਪੈਣੀ ਸੀਗੀ ਠੀਕ ਹੈ ਜੀ ਅਗਰ ਇਸ ਤਰ੍ਹਾਂ ਵੀ ਆਪਾਂ ਕਰ ਦਈਏ ਨਾ ਤੇ ਕੋਈ ਮਸਲਾ ਨਹੀਂ ਹੁੰਦਾ ਹੈਗਾ ਇਨਕੇ ਇਹ ਦੇਖੋ ਨਾ ਇਹਦੇ ਦੋ ਉੱਤੇ ਵੋਲਟ ਕੱਸ ਕੇ ਇਹਦੀ ਸਪਲਾਈ ਜਿਹੜੀ ਹੈ ਪਾਈਪ ਜਿਹੜਾ ਹੈ ਇਹਨੂੰ ਇੱਥੇ ਆਪਾਂ ਜੋੜ ਲਾ ਦੇਣਾ ਵਾ ਜੀ ਲਓ ਜੀ ਦੋਸਤੋ ਇਸ ਤਰ੍ਹਾਂ ਜੋੜ ਲੱਗ ਗਿਆ ਸਪਲਾਈ ਜਿਹੜੀ ਹੈ ਉਹ ਬਿਲਕੁਲ ਉੱਪਰ ਜਾਏਗੀ ਸਿੱਧੀ ਜੀ ਇਹ ਸਪਲਾਈ ਵੀ ਦੋਸਤਾਂ ਨੂੰ ਚੈੱਕ ਕਰਵਾਉਂਦੇ ਆ ਜੀ ਉਹਨੂੰ ਵੋਲਟ ਖੋਲ ਕੇ ਇਹ ਦੇਖ ਸਕਦੇ ਆ ਜੀ ਸਪਲਾਈ ਆ ਗਈ ਜੀ ਉੱਪਰ ਠੀਕ ਹੈ ਜੀ ਇਹਨੂੰ ਅਗਰ ਇਸ ਤਰ੍ਹਾਂ ਵੀ ਕਰ ਦੋਗੇ ਤਾਂ ਕੋਈ ਮਸਲਾ ਮਸਾਇਲ ਨਹੀਂ ਪੇਸ਼ ਹੋਏਗਾ ਇਹਦੇ ਨਾਲ ਜੀ